ਕਿਸਾਨ ਭਰਾਓ, ਸਾਡੀ ਕਣਕ ਦੀ ਫਸਲ ਇਸ ਵੇਲੇ ਖੇਤਾਂ ਦੇ ਵਿੱਚ ਮੁੱਢਲੀ ਸਟੇਜ ਦੇ ਉੱਤੇ ਹੈ ਅਤੇ ਪਿਛਲੇ ਦਿਨ ਹੀ ਤਕਰੀਬਨ 10-11 ਦਸੰਬਰ 2023 ਨੂੰ ਵੱਖ ਵੱਖ ਖੇਤਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਤਾਂ ਕਿਉਂਕਿ ਸੁੰਡੀ ਦੀ ਗੱਲਬਾਤ ਚੱਲ ਰਹੀ ਸੀ ਤਾਂ ਉਸ ਵੇਲੇ ਜਿਹੜੀ ਵੀ ਕਣਕ 30-31 ਅਕਤੂਬਰ ਤੋਂ ਲੈ ਕੇ ਨਵੰਬਰ ਦੇ 5-6 ਤਰੀਕ ਤੱਕ ਬੀਜੀ ਗਈ ਸੀ, ਉੱਥੇ ਪਾਣੀ ਲਾਉਣ ਉਪਰੰਤ ਜਿਹੜਾ ਸੁੰਡੀ ਦਾ ਹਮਲਾ ਕਾਫੀ ਵੇਖਣ ਨੂੰ ਮਿਲਿਆ। ਅਤੇ ਪਰ ਹੁਣ ਆ 20-21 ਦਸੰਬਰ ਨੂੰ ਫਿਰ ਕਾਫੀ ਸਾਰੇ ਖੇਤਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਬੜੇ ਧਿਆਨ ਦੇ ਨਾਲ ਵੇਖਿਆ, ਪਰ ਜਿਹੜਾ ਸੁੰਡੀ ਦਾ ਪ੍ਰਕੋਪ ਆ ਉਹ ਹੁਣ ਨਾ ਮਾਤਰੀ ਹੈ। ਉਹਦਾ ਕਾਰਨ ਇਹ ਹੈ ਕਿ ਉਸ ਵੇਲੇ ਦਾ ਮੌਸਮ ਢੁੱਕਵਾਂ ਸੀ ਅਤੇ ਹੁਣ ਜਿਹੜਾ ਜਿਉਂ ਜਿਉਂ ਠੰਡ ਵਧਣੀ ਸ਼ੁਰੂ ਹੋ ਗਈ ਹੈ ਤਿਉਂ ਤਿਉਂ ਇਹਦਾ ਜਿਹੜਾ ਹਮਲਾ ਉਹ ਪੂਰੀ ਤਰ੍ਹਾਂ ਹੀ ਘਟ ਗਿਆ। ਉਸ ਉਪਰੰਤ ਅੱਜ ਕੱਲ੍ਹ ਖੇਤਾਂ ਦੇ ਵਿੱਚ ਜਿਹੜੀ ਕਣਕ ਨਵੰਬਰ ਦੇ ਦੂਸਰੇ ਹਫ਼ਤੇ ਬੀਜੀ ਗਈ ਹੈ ਉਹਨੂੰ ਕਈ ਕਿਸਾਨਾਂ ਨੇ ਪਾਣੀ ਲਾ ਦਿੱਤਾ ਹੈ ਅਤੇ ਕਈ ਥਾਵਾਂ ਉੱਤੇ ਪਾਣੀ ਲਾਉਣ ਦੀ ਤਿਆਰੀ ਹੈ। ਜਿਨ੍ਹਾਂ ਥਾਵਾਂ ਉੱਤੇ ਪਾਣੀ ਲੱਗਿਆ ਅਤੇ ਉਹ ਖੇਤਾਂ ਦੇ ਵਿੱਚ ਕਾਫੀ ਭਰ ਕੇ ਪਾਣੀ ਲੱਗਿਆ, ਭਾਵੇਂ ਕੰਪਿਊਟਰ ਕਰਾਹਾ ਲੱਗਣ ਕਰਕੇ ਸਾਡੇ ਖੇਤ ਪੱਧਰੇ ਨੇ, ਪਰ ਕਿਸਾਨਾਂ ਜਿਹੜੇ ਕਿਆਰੇ ਆ ਉਹ 1-1 ਏਕੜ ਦੇ ਪਾਏ ਹੋਏ ਆ, ਇਸ ਕਰਕੇ ਕਣਕ ਛੋਟੀ ਹੈ, ਜਿਹੜੀ ਕੋਰ ਭੇਜਣ ਵੇਲੇ ਵੈਸੇ ਹੀ ਪਾਣੀ ਭਰ ਕੇ ਲੱਗਦਾ ਹੈ ਤਾਂ ਉਹਦੇ ਨਾਲ ਕਾਫੀ ਭਰਮਾਂ ਪਾਣੀ ਲੱਗ ਰਿਹਾ। ਉਸ ਉਪਰੰਤ ਕਣਕ ਦੇ ਵਿੱਚ ਕਿਤੇ ਕਿਤੇ ਪਲੱਤਣ ਨਜ਼ਰ ਆ ਰਹੀ ਹੈ, ਤਾਂ ਵੈਸੇ ਤਾਂ ਇਹ ਸੁਭਾਵਿਕ ਹੀ ਹੈ ਜਦੋਂ ਅਸੀਂ ਕੋਰ ਭਿਆਉਂਦੇ ਹਾਂ ਉਸ ਤੋਂ ਬਾਅਦ ਇੱਕ ਵਾਰੀ ਕਣਕ ਦਾ ਜਿਹੜਾ ਵਾਧਾ ਹੈ ਉਹ ਰੁਕ ਜਾਂਦਾ ਹੈ ਅਤੇ ਪੱਤਿਆਂ ਉੱਤੇ ਪੀਲਾਪਣ ਥੋੜ੍ਹਾ ਜਿਹਾ ਆ ਜਾਂਦਾ ਹੈ। ਉਹਦਾ ਕਾਰਨ ਹੋਰ ਕੋਈ ਨਹੀਂ, ਕਿਉਂਕਿ ਜਿਹੜਾ ਪਾਣੀ ਆ ਉਹ ਜੜ੍ਹਾਂ ਦੇ ਵਿੱਚ ਬਿਲਕੁਲ ਭਰ ਜਾਂਦਾ ਹੈ ਅਤੇ ਜਿਹੜੀ ਹਵਾ ਮਸਾਮਾਂ ਰਾਹੀਂ ਉਹ ਕਣਕ ਦੀਆਂ ਜੜ੍ਹਾਂ ਤੱਕ ਨਹੀਂ ਪਹੁੰਚ ਸਕਦੀ, ਇਸ ਕਰਕੇ ਉਹਦੀ ਗਰੋਥ ਇੱਕ ਵਾਰੀ ਰੁਕਣੀ ਸੁਭਾਵਿਕ ਹੈ ਅਤੇ ਉਹ ਆਮ ਗੱਲ ਹੈ। ਪਰ ਵੇਖਣ ਦੇ ਵਿੱਚ ਆਇਆ ਕਿਸਾਨ ਮਿਲਦੇ ਨੇ ਤਾਂ ਉਹ ਕਈ ਘਬਰਾਹਟ ਦੇ ਵਿੱਚ ਨੇ ਅਤੇ ਕਾਫੀ ਇੱਧਰੋਂ ਉੱਧਰੋਂ ਸੁਣ ਕੇ ਉਹ ਕਈ ਤਰ੍ਹਾਂ ਦੇ ਪ੍ਰੋਡਕਟ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਵਰਤਦੇ ਨੇ। ਕਿਸਾਨ ਵੀਰੋ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਤੁਸੀਂ ਘਬਰਾਹਟ ਦੇ ਵਿੱਚ ਆ ਕੇ ਐਵੇਂ ਫਜ਼ੂਲ ਖਰਚੀ ਨਾ ਕਰੋ। ਜਿਉਂ ਹੀ ਇਹ ਪਾਣੀ ਜੀਰ ਜਾਏਗਾ ਤਾਂ ਉਸ ਤੋਂ ਬਾਅਦ ਕਣਕ ਆਪਣੀ ਪਹਿਲੀ ਹਾਲ ਦੇ ਵਿੱਚ ਆਜੂਗੀ। ਪਰ ਸਾਨੂੰ ਭਵਿੱਖ ਦੇ ਵਿੱਚ ਇਹਨਾਂ ਗੱਲਾਂ ਤੋਂ ਜ਼ਰੂਰ ਸਿੱਖਣਾ ਚਾਹੀਦਾ। ਇੱਕ ਤਾਂ ਅਸੀਂ ਜਿਹੜੇ ਕਿਆਰੇ ਆ ਉਹ ਛੋਟੇ ਰੱਖੀਏ, ਚਲੋ ਘੱਟੋ ਘੱਟ 4 ਕਣਾਂ ਦਾ ਕਿਆਰਾ ਪਾਈਏ, ਅਤੇ ਕਈ ਕਿਸਾਨਾਂ ਨੇ ਇੱਕ ਸਿੰਗਲ ਹਲ ਦੇ ਨਾਲ ਜਿਹੜਾ ਤੈਅ ਤੋੜ ਮਤਲਬ ਹਲ ਹੈ ਥੱਲਿਓਂ ਉਹ 5-5-6-6 ਫੁੱਟ ਦੇ ਉੱਪਰ ਉਹਨੂੰ ਲੰਘਾਇਆ ਹੋਇਆ ਅਤੇ ਉੱਥੇ ਜਿਹੜਾ ਪਾਣੀ ਕਣਕ ਦੇ ਵਿੱਚ ਥੱਲੇ ਜਲਦੀ ਜੀਰ ਜਾਂਦਾ, ਉੱਥੇ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਆਉਂਦੀ ਗੀ। ਇਸ ਕਰਕੇ ਕਿਸੇ ਵੀ ਬਿਮਾਰੀ ਕੀੜੇ ਮਕੌੜੇ ਦੇ ਮਾਮਲੇ ਵਿੱਚ ਫਸਲ ਦਾ ਸਰਵੇਖਣ ਜ਼ਰੂਰ ਕਰਦੇ ਰਹੋ। ਜੇ ਦੂਸਰੇ ਕਿਸੇ ਦੇ ਖੇਤ ਦੇ ਵਿੱਚ ਕੋਈ ਸਮੱਸਿਆ ਆਈ ਹੈ, ਜ਼ਰੂਰੀ ਨਹੀਂ ਵੀ ਤੁਹਾਡੇ ਵੀ ਆ ਜਾਏ, ਤਾਂ ਉਹਨੂੰ ਵਾਚ ਕਰਦੇ ਰਹੋ, ਵੇਖਦੇ ਰਹੋ। ਬਾਕੀ ਕਣਕ ਦੇ ਪੀਲੇਪਣ ਦੇ ਕਾਰਨ ਹੋਰ ਵੀ ਕਾਫੀ ਸਾਰੇ ਹੋ ਸਕਦੇ ਹੈ, ਜਿਵੇਂ ਨਾਈਟ੍ਰੋਜਨ ਦੀ ਘਾਟ ਆ ਸਕਦੀ ਹੈ ਅਤੇ ਜ਼ਿੰਕ ਦੀ ਘਾਟ ਆ ਸਕਦੀ ਹੈ, ਮੈਂਗਨੀਜ਼ ਦੀ ਘਾਟ ਆ ਸਕਦੀ ਹੈ, ਸਲਫਰ ਦੀ ਘਾਟ ਆ ਸਕਦੀ ਹੈ, ਅਤੇ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਕੁੰਗੀ ਵਗੈਰਾ ਦੀ ਬਿਮਾਰੀ ਆ ਸਕਦੀ ਹੈ, ਕੋਈ ਤੇਲਾ ਚਿੱਪ ਆ ਸਕਦਾ, ਉਹਦੇ ਲਈ ਅਸੀਂ ਨਿਰੀਖਣ ਕਰਦੇ ਰਹਿਣਾ। ਅਤੇ ਖਾਸ ਤੌਰ ਦੇ ਉੱਤੇ ਜਿਹੜੇ ਛੋਟੇ ਤੱਤਾਂ ਦੀ ਘਾਟ ਹੈ ਉਸ ਸੰਬੰਧੀ, ਕਿਉਂਕਿ ਵੀਡੀਓ ਕਾਫੀ ਲੰਬੀ ਹੋ ਰਹੀ ਹੈ, ਉਹ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗਾ। ਸੋ ਸੋਹਣ ਸਿੰਘ ਕੇਸਰ ਵਾਲੀਆ ਯੂਟਿਊਬ ਚੈਨਲ 'ਤੇ ਬਣੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।